ਪੁੱਛਿਆ ਤਾਂ ਨੇ ਆਖਿਆ ਜਨਾਬ ਜਿਵੇਂ ਤੁਸੀਂ ਚਾਹੁੰਦੇ ਹੀ ਓਵੇਂ ਹੋਏਗਾ ਵੱਡਾ ਦਰਵਾਜ਼ਾ ਬੰਦ ਤੇ ਛੋਟਾ ਖੁੱਲਿਆ ਸਪਾਹੀ ਬੱਚਿਆਂ ਨੂੰ ਲੈ ਕੇ ਇੱਥੇ ਆ ਰਹੇ ਨੇ ਸਾਡੇ ਸਪਾਹੀ ਸਿਰ ਝੁਕਾ ਕੇ ਦਰਬਾਰ ਚੋਂਗੇ ਬੱਚੇ ਵੀ ਉਹਨਾਂ ਦੀ ਨਕਲ ਕਰਨਗੇ ਹਿੰਦ ਦੇ ਪੀੜ ਦਾ ਬੱਚੇ ਸੂਬੇ ਫਰਹਾਨ ਨਵਾਬ ਵੀਰ ਖਾਨ ਦੇ ਸਾਹਮਣੇ ਆਉਂਦੇ ਸਾਰ ਸਿਰ ਝੁਕਾਉਣਗੇ ਫਿਰ ਜਦੋਂ ਫਿਰ ਸਹਿਬਜ਼ਾਦੇ ਆਏ ਪਹਿਲਾ ਮੁਸਲਮਾਨ ਨੇ ਸਿਰ ਚਕਾਇਆ ਸਹਿਬਜ਼ਾਦੇ ਨੇ ਸਿਰ ਝੁਕਾਉਣ ਤੋਂ ਅਗਲੇ ਇੱਕ ਜੁੱਤੀ ਵਿਖਾਈ ਤੇ ਉਹਦੀ ਵਜੀਤ ਖਾਨ ਨੂੰ ਡਰਾਇਆ ਅੱਗੇ ਆ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਆਖਿਆ ਸੁਚੜਨ ਨੇ ਆਖਿਆ ਓਏ ਬੱਚਿਓ ਇਹ ਨਵਾਬ ਵजीर खान ਦਾ ਦਰਬਾਰ ਹੈ ਇੱਥੇ ਕੋਈ ਵੀ ਬੰਦਾ ਆ ਕੇ ਕਿਸੇ ਵੀ ਗੁਰੂ ਦੀ ਫਤਿਹ ਨਹੀਂ ਬੁਲਾ ਸਕਦਾ ਚਲੋ ਬੱਚਿਓ ਨਵਾਬ ਸਾਹਿਬ ਤੋਂ ਮਾਫੀ ਮੰਗੋ ਤਦੋਂ ਨਾਲ ਫੜ ਚੁੱਕਾਗੇ ਫਲਾਮ ਕਰੋ ਉਹਨਾਂ ਜੋਰਾਵਰ ਸਿੰਘ ਨੇ ਕਿਹਾ ਅਸੀਂ ਵਾਹਿਗੁਰੂ ਵਿੱਚ ਯਕੀਨ ਰੱਖਦੇ ਹਾਂ ਉਸੇ ਪਰਮਾਤਮਾ ਗਿ ਚੁੱਕਦੇ ਹਾਂ ਜਿਹੜੇ ਆਤਮਾ ਦੇ ਰੂਪ ਵਿੱਚ ਹਰ ਕਿਸੇ ਦੇ ਅੰਦਰ ਵੱਸਦਾ ਹੈ ਉਸ ਤੋਂ ਬਿਨਾਂ ਸਿ ਆਪਣਾ ਸਿਰ ਹੋਰ ਕਿਸੇ ਦਾ ਸਾਹਮਣੇ ਨਹੀਂ ਝੁਕਾਉਂਦੇ ਇਹ ਕਾਜੀ ਸਾਹਮਣੇ ਕਿਹਾ ਇਹ ਕਾਫਰਾ ਦੀ ਬੋਲੀ ਹੈ ਤੇ ਜੋਰਾਵਰ ਸਿੰਘ ਨੇ ਕਿਹਾ ਕਾਫਰ ਉਹ ਜਿਹੜਾ ਆਪਣਾ ਧਰਮ ਕਿਸੇ ਤੇ ਥੋਪੇ ਫਤੇ ਸਿੰਘ ਨੇ ਕਿਹਾ ਕਾਫਰ ਉਹ ਜਿਹੜਾ ਜਿਹੜਾ ਕਿਸੇ ਨੂੰ ਦੁੱਖ ਪਹੁੰਚਾਵੇ ਜੋ ਇਮਾਨ ਦਾ ਪੱਕਾ ਓਏ ਫਟਾ ਮੁਸਲਮਾਨ ਜਿਹਦੇ ਦਿਲ ਵਿੱਚ ਦਗਾ ਉਹ ਕਾਫਰ ਬੇਈਮਾਨ ਕਾਜੀ ਸਾਹਿਬ ਰੱਖਿਆ ਚੰਗੇ ਲਫ਼ਜ਼ਾਂ ਵਿੱਚ ਸਾਨੂੰ ਬੇਈਮਾਨ ਕਹਿ ਰਹੇ ਹੋ ਤੁਹਾਨੂੰ ਕਿਹਦੇ ਧਰਮ ਦੀ ਸਿੱਖਿਆ ਮਿਲੀ ਹੈ ਉਹਨਾਂ ਨੇ ਆਖਿਆ ਸਾਡੇ ਨੂੰ ਸਾਡੇ ਸਿੱਖ ਧਰਮ ਦਾ ਪਤਾ ਹੈ ਕਾਜੀ ਸਾਹਿਬ ਅਸੀਂ ਕਿਸੇ ਦੇ ਗੁਲਾਮ ਨਹੀਂ ਬਣਦੇ ਉਹਨਾਂ ਨੇ ਆਖਿਆ ਕਿਸ ਨੂੰ ਗੁਲਾਮ ਨਹੀਂ ਬਣਾਉਂਦੇ ਹਨਾ ਅਸੀਂ ਕਿਸੇ ਨੂੰ ਆਪਣੇ ਗੁਲਾਮ ਨਹੀਂ ਬਣਾਉਂਦੇ ਸਾਡੇ ਗੁਰੂ ਪੀਤਾਂ ਨੇ ਸਾਨੂੰ ਇਹ ਸਿਖਾਇਆ ਉਹਨਾਂ ਨੇ ਕਿਹਾ ਤੁਹਾਡੇ ਵਜੀਰਖਾਨਾ ਕਿਹਾ ਤੁਹਾਡੇ ਗਰੁੱਪੇ ਤਾਨੂੰ ਫੜਨ ਲਈ ਮੇਰੇ ਸਿਬਾਈ ਚਾਰੋਂ ਦਿਸ਼ਾਵਾਂ ਵਿੱਚ ਫੈਲ ਚੁੱਕੇ ਨੇ ਉਹਨਾਂ ਨੇ ਕਿਹਾ ਜਿਵੇਂ ਰੋਸ਼ ਜੋਰਾਵਰ ਸਿੰਘ ਨੇ ਕਿਹਾ ਜਿਵੇਂ ਰੋਸ਼ਨੀ ਕੋਈ ਕੰਮ ਨਹੀਂ ਕਰ ਸਕਦਾ ਉਵੇਂ ਸਾਡੇ ਗਰੁੱਪੇ ਤਾਨੂੰ ਫੜਨ ਵਾਲਾ ਫੁਰਮਾ ਹਲੇ ਜਮਿਆ ਨਹੀਂ ਉਹਨਾਂ ਨੇ ਆਖਿਆ ਕਾ ਉਹਨਾਂ ਨੇ ਆਖਿਆ ਵੀ ਤੇਰਾ ਜਿਹੜਾ ਪਿਤਾ ਇਹ ਉਹਨੂੰ ਅਸੀਂ ਕਈ ਉਹਨੂੰ ਤੇਰੇ ਜਿਹੜੇ ਗੁਰਤੇਗ ਬਾਦਰ ਜੀ ਸੀ ਉਹਨਾਂ ਦੀ ਕਹਾਣੀ ਕੀ ਏ ਉਹਨਾਂ ਨੇ ਆਖਿਆ ਅੱবি ਸੁਣਾ ਦੇਣੇ ਆ ਕਹਾਣੀ ਜੁਜਾਰ ਵੀਰ ਅਸੀਂ ਇਹ ਵੀ ਸੁਣਨਾ ਚਾਹੁੰਦੇ ਆ ਤੁਹਾਡੇ ਤੁਸੀਂ ਬੰਦਾ ਸਿੰਘ ਬਹਾਦਰ ਜੀ ਦੀ ਵੀ ਬਹੁਤ ਵਧੀਆ ਡਾਇਲੌਗਸ ਆ ਜਿਹੜੇ ਉਹ ਬੋਲਦੇ ਆ ਅਸੀਂ ਚਾਹੁੰਦੇ ਆ ਉਹ ਵੀ ਸਾਨੂੰ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਥਾ ਬਾਬਾ ਬੰਦਾ ਸਿੰਘ ਬਹਾਦਰ ਜੀ ओए सिंह बहादुर ये सुंदोरा समाना नहीं ये सरहद है सरहद वजीर खान का सरहद बंदा सिंह बहादुर ना क्या वजीर खान ना ही मैं तेरा कोई फौजदार हूँ ना ही कोई पहाड़ी राजा सिंह हूँ सिंह गुरु का सिंह ओए सिंगा वजीर खान ना क्या ओए सिंगा क्यों मौत को दावा देता है अपने साथियों के साथ आकर मेरे सामने त्याल डाल दे बंदा सिंह बहादुर ने कहा तू तो मासूम बच्चों का सर नहीं चुका सका और तू मेरे गुरु के सिंह वजीर खान ने कहा ओए घुटने टेक दे मैं तुम सब की जान बख्श दूंगा बंदा सिंह बहादुर ने कहा तू घुटने टेकने के बारे में सोचना ही तेरी जान नहीं बख्शूंगा तेरी वजीर खान ने कहा तेरी मुट्ठी पर फौज शाम तक मेरे कब्जे में होगी बंदा सिंह बहादुर बा, ने कहा तू आगे तो बढ़ वजीर खान ने कहा इधर मेरी तौबा को देख तेरे बंदा सिंह बहादुर ने कहा इधर मेरा सिंह को देख ये एक एक आग का गोला है वजीर खान ने कहा बंदा सिंह आखिरी मौका है तेरे पास तो ते बंदा सिंह बहादुर ने कहा वजीर खान आखिरी ख्वाहिश है तो बता तू वजीर खान ने कहा तू कल का उगता सूरज नहीं देखेगा दुनिया की सबसे अगर कौम के सूरमा दुश्मन पर ऐसा हमला करो कि आने वाली पुश्तें खौफ तो में खत्म हो जाए खालसा जी तुम फौज अकाल की हो हम सिंह कलट कर का राज सरबंध हुए पापों का इंसाफ करेंगे कल कर से भर उठेगा हमारी आने वाली पीढ़ी का सीना जब वो आज का इतिहास पढ़ेंगे आज की जंग का सेनावतिकार गश्मेश पिता धैर्य शिवा परमोए हैं शुभ कर्म ਕਬਹੂ ਨਾ ਡਰੂ ਨਾ ਡਰੂ ਹਰ ਸੋ ਜਬ ਚਾਹ ਲੜੂ ਰਿਸ ਚਾਹੇ ਕਰ ਆਪਣੀ ਜੀਤ ਕਰੋ ਰਿਸ ਚਾਹੇ ਕਰ ਆਪਣੀ ਜੀਤ ਕਰੋ ਰਿਸ ਚਾਹੇ ਕਰ ਆਪਣੀ ਜੀਤ ਕਰੋ ਬੋਲ ਸੋਡ ਹਾ ਸੋ ਸ੍ਰੀ ਅਕਾਲ ਤੂਟ ਪੜਾ